ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਖੰਨੇ ਦੇ ਨਾਲ ਪਿੰਡ ਲਹਿੜੀ ਹਰ ਸਾਲ ਦੀ ਤਰ੍ਹਾਂ ਇੱਥੇ ਕਬੱਡੀ ਕੱਪ ਕਰਾਏ ਜਾਂਦੇ ਨੇ। ਠਾਠਾ ਮਾਰਦਾ ਗੱਠ ਇੱਧਰ ਦਿਖਾਇਆ ਜਾਏ, ਲਾਈਵ ਟੈਲੀਕਾਸਟ ਮੈਂ ਤੁਹਾਨੂੰ ਦਿਖਾ ਰਿਹਾ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜਿਹੜਾ ਖੰਨੇ ਸ਼ਹਿਰ ਦੇ ਨਾਲ ਸਾਡੇ ਲਲਹਿੜੀ ਪਿੰਡ ਦੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਕਬੱਡੀ ਕੱਪ ਕਰਾਇਆ ਜਾਂਦਾ ਹੈ। ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਪੀਬੀ 26 ਨਿਊਜ਼ ਚੈਨਲ ਤੇ, ਪੀਬੀ 26 ਨਿਊਜ਼ ਤੋਂ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਲਲਹਿੜੀ, ਪਿੰਡ ਲਲਹਿੜੀ ਜਿੰਨੀ ਵੀ ਸਾਰੀ ਸੰਗਤ ਹੈ, ਗ੍ਰਾਮ ਪੰਚਾਇਤ ਹੈ, ਉਹਨਾਂ ਦੇ ਵੱਲੋਂ ਮੈਂ ਕੈਮਰਾ ਕੋਸਟ ਨੂੰ ਕਹਾਂਗਾ ਜੇਤੂ ਟੀਮਾਂ ਦੇ ਨਾਲ ਇਹ ਸਨਮਾਨਾਂ ਨਾਲ ਨਵਾਜਿਆ ਜਾਣਾ, ਜੇਤੂ ਟੀਮਾਂ ਇੱਧਰ ਦਿਖਾਇਆ ਜਾਵੇ ਮੋਮੈਂਟੋ। ਸ਼ੇਅਰ ਕਰ ਦਿਓ ਫੇਸਬੁੱਕ ਪੇਜ ਪੀਬੀ 26 ਨਿਊਜ਼ ਤੇ, ਲਾਈਵ ਹੋਇਆ ਪਿੰਡ ਲਲਹਿੜੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ। ਪੀਬੀ 26 ਨਿਊਜ਼ ਤੇ ਫੇਸ ਤੋਂ ਲਾਈਵ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਸੋ ਇੱਥੇ ਪ੍ਰਬੰਧਕ ਕਮੇਟੀ ਦੇ ਨਾਲ ਮੈਂ ਗੱਲਬਾਤ ਕਰਾਉਂਦਾ, ਜਿਹੜਾ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਪ੍ਰੋਗਰਾਮ ਕਰਾਏ ਜਾਂਦੇ ਨੇ, ਜਿਵੇਂ ਕਿ ਹਰ ਸਾਲ ਕਬੱਡੀ ਕੱਪ ਹੋ ਰਿਹਾ, ਯਾਨੀ ਜਿਵੇਂ ਕਿ ਦੱਸਿਆ ਵੀ ਲਗਾਤਾਰ ਹੀ ਕੁਛ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਨੇ, ਅੱਜ ਇੱਕ ਦੋ ਤਿੰਨ ਜਿਵੇਂ 28-29 ਔਰ ਇੱਥੇ ਵੀਰ ਨੇ ਸਾਡੇ ਨਾਲ ਸਾਰਿਆਂ ਨੂੰ ਪੀਬੀ 26 ਨਿਊਜ਼ ਚੈਨਲ ਵੱਲੋਂ, ਸਰਬਜੀਤ ਸਿੰਘ ਨੀਟੂ ਵੱਲੋਂ, ਲੱਖਾ ਬਾਈ ਜੀ ਸਾਰੇ ਸੋਹਣੀਆਂ ਸੁਨੱਖੀਆਂ ਪੱਗਾਂ ਵਾਲੇ ਖੂਬਸੂਰਤ ਪਰਸਨੈਲਿਟੀਆਂ ਦੇ ਮਾਲਕ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਲਲਹਿੜੀ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ। ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਬਹੁਤ ਵੱਡੇ ਉਪਰਾਲੇ ਕਰਦੇ ਹੋ, ਔਰ ਕਿਸੇ ਤਰ੍ਹਾਂ ਧਾਰਮਿਕ ਪ੍ਰੋਗਰਾਮ ਹੋਵੇ ਉੱਥੇ ਹੀ ਵੱਧ ਚੜ੍ਹ ਕੇ ਤੁਹਾਡਾ ਕਲੱਬ ਸਾਥ ਲਾਈਵ ਤਸਵੀਰਾਂ, ਕੀ ਕਹਿਣਾ ਚਾਹੁੰਦੇ ਹੋ? ਧੰਨਵਾਦ ਜੀ ਤੁਹਾਡਾ ਸਾਡੇ ਪਿੰਡ ਪਹੁੰਚਣ ਦਾ ਜੀ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਜੀ, ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਾਂ, ਵੀ ਜੈਸਾ ਪੰਜਾਬ 'ਚ ਮਾਹੌਲ ਚੱਲਦਾ ਉਹ ਦੂਰ ਕਰਨ ਲਈ ਅਸੀਂ ਖੇਡ ਉਪਰਾਲੇ ਕਰਵਾ ਰਹੇ ਹਾਂ। ਬਾਈ ਜੀ, ਜਿਸ ਤਰ੍ਹਾਂ ਵੀ ਪਤਾ ਸੀਗਾ ਵੀ ਪੰਜਾਬ ਦੇ ਵਧੀਆ ਵਧੀਆ ਨਾਮਵਰ ਕਲਾਕਾਰਾਂ ਨੇ ਪਰਫਾਰਮ ਕਰਨਾ ਸੀ, ਅੱਜ ਕੱਲ੍ਹ ਦੇ ਵਿੱਚ ਕਿਸੇ ਕਰਕੇ ਕੋਈ ਬੜੀ ਆਪਣਾ ਘਟਨਾ ਹੋਈ ਹੈ, ਉਹਦੇ ਬਾਰੇ ਥੋੜ੍ਹਾ ਜਿਹਾ। ਸਾਡੇ ਚਾਚਾ ਜੀ ਪਰਮਿੰਦਰ ਸਿੰਘ ਜੀ ਵਰਨ ਜੋ USA ਤੋਂ ਸੀ, ਉਹ ਸਾਡਾ ਇੰਨਾ ਸਾਥ ਦਿੰਦੇ ਸੀ ਹਰ ਇੱਕ ਕੰਮ 'ਚ, ਚਾਹੇ ਕੋਈ ਖੇਡਾਂ 'ਤੇ ਜਾਏ, ਕੋਈ ਪਿੰਡ ਪੱਧਰ 'ਤੇ ਹੋਵੇ, ਸਕੂਲ ਪੱਧਰ 'ਤੇ ਹੋਵੇ। ਉਹਨਾਂ ਦੀ ਮੌਤ ਦੇ ਕਾਰਨ ਅਸੀਂ ਇਹ ਪ੍ਰੋਗਰਾਮ ਰੱਦ ਕੀਤਾ, ਨਹੀਂ ਤਾਂ ਕਲਾਕਾਰਾਂ ਬਾਰੇ ਵੀ ਸੋਚਿਆ ਸੀ ਅਸੀਂ ਬੁਲਾਉਣ ਨੇ।
ਤੇ ਅੱਜ ਜਿਹੜੇ ਤੁਸੀਂ ਇਹ ਪ੍ਰੋਗਰਾਮ ਜਿਹੜੇ ਕੱਲ੍ਹ ਤੋਂ ਚੱਲ ਰਹੇ ਨੇ 28 ਤੋਂ 28 29 ਠੀਕ ਹੈ ਜੀ, ਕੱਲ੍ਹ ਨੂੰ ਫਾਈਨਲ ਹੈ ਔਰ ਕੀ ਤੁਸੀਂ ਨਾਮ ਰੱਖੇ ਨੇ ਉਹ ਤੁਹਾਨੂੰ ਦੱਸ ਤੋਂ ਲਾਈਵ ਕਰ ਰਹੇ ਹਾਂ। ਅੱਜ 42-47 ਕਿਲੋ ਦੇ ਬਜਣੀ ਮੁਕਾਬਲੇ ਨੇ ਜੀ, ਅਤੇ ਵਾਲੀਬਾਲ ਦੇ ਮੈਚ ਹੋ ਰਹੇ ਨੇ ਜੀ, ਅਤੇ ਕੱਲ੍ਹ ਨੂੰ 70 ਅਤੇ 1 ਪਿੰਡ ਓਪਨ 3 ਖਿਡਾਰੀ ਬਾਹਰੋਂ ਖੇਡਣਗੇ। ਪਹਿਲਾ ਇਨਾਮ 1,00,000 ਰੁਪਈਆ ਜੀ, ਦੂਜਾ ਇਨਾਮ 10,000, ਬੈਸਟਾਂ ਨੂੰ ਮੋਟਰਸਾਈਕਲ ਦਿੱਤਾ ਜਾਣਗਾ ਜੀ। ਜੋ ਚੋਟੀ ਜੀ ਮੈਂ ਲੇਡੀ ਸਾਡੇ ਨਾਲ ਗੱਲਬਾਤ ਹੋ ਗਈ, ਪਹੁੰਚ ਰਹੀਆਂ ਨੇ ਜੀ। ਮੁਬਾਰਕਬਾਦ ਮੁਬਾਰਕਬਾਦ ਤਾਂ ਜੀ ਇੱਕ ਨੇ ਜੀ, ਸਭ ਦਾ ਬਹੁਤ ਬਹੁਤ ਧੰਨਵਾਦ ਆ ਜੀ, ਜੋ ਸਾਨੂੰ ਲਾਈਵ ਦੇਖ ਰਹੇ ਨੇ ਜੀ, ਸਾਰੇ ਸਹਿਯੋਗੀ ਮਿੱਤਰ ਸਾਡੇ ਪ੍ਰੇਮੀ ਰਿਸ਼ਤੇਦਾਰ ਸਭ, ਉਹਨਾਂ ਦੇ ਸਹਿਯੋਗ ਨਾਲ ਹੀ ਸਾਡਾ ਇਹ ਕੰਮ ਹੋ ਰਿਹਾ ਜੀ, NRA ਵੀਰਾਂ ਨਾਲ ਤੇ ਪਿੰਡ ਸਮੂਹ ਨਗਰ ਵਾਸੀਆਂ ਦੇ ਨਾਲ ਸਾਡਾ ਸਾਰਾ ਇਹ ਸੰਪੰਨ ਹੋ ਰਿਹਾ ਜੀ ਕਾਰੋਬਾਰ। ਬਹੁਤ ਬਹੁਤ ਧੰਨਵਾਦ ਜੀ ਆਪਣਾ ਗੁਰਜੀਤ ਬਾਈ ਜੀ, ਸਾਡੇ ਬਹੁਤ ਸਤਿਕਾਰਯੋਗ ਪਰਮ ਮਿੱਤਰ ਨੇ ਗੁਰਜੀਤ ਬਾਈ ਜੀ, ਤੁਹਾਡਾ ਜੱਦੀ ਪਿੰਡ ਹੈ ਸਾਰਿਆਂ ਦਾ, ਔਰ ਚਾਹੇ ਬੇਸ਼ੱਕ ਖੰਨੇ ਰਹਿੰਦੇ ਹੋ ਤੁਸੀਂ ਵੀ ਬਹੁਤ ਯੋਗਦਾਨ ਪਾਉਂਦੇ ਹੋ, ਅਪਡੇਟ ਰਹਿੰਦੇ ਹੋ ਸੋਸ਼ਲ ਪਲੇਟਫਾਰਮ 'ਤੇ, ਔਰ ਤੁਹਾਨੂੰ PB26 ਨਿਊਜ਼ ਚੈਨਲ ਵੱਲੋਂ, ਸਰਬਜੀਤ ਸਿੰਘ ਨੀਟੂ ਵੱਲੋਂ, ਸਾਰੀ ਟੀਮ ਵੱਲੋਂ ਤੁਹਾਨੂੰ ਤੁਹਾਡੇ ਪਿੰਡ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਹੈ। ਕਬੱਡੀ ਕੱਪ ਬਹੁਤ ਵੱਡਾ ਹੈ, ਸ਼ਲਾਘਾਯੋਗ ਕਦਮ ਹੈ, ਔਰ ਤੁਹਾਡੇ ਬਾਰੇ ਚੰਦ ਕੁ ਸ਼ਬਦ ਹੋ ਜਾਣ। ਮੈਂ PB26 ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਨੀਟੂ ਮੇਰਾ ਵੀਰ ਇੱਕ ਫੋਨ ਦੀ ਕਾਲ ਦੇ ਉੱਤੇ ਪਿੰਡ ਪਹੁੰਚਿਆ, ਇਹਨਾਂ ਦਾ ਆਇਆ ਦਾ ਜੀ ਆਇਆ, ਅਤੇ ਸਾਡੇ ਲੱਖੇ ਪ੍ਰਧਾਨ ਜੀ ਹੋਰ ਸਾਰੀ ਟੀਮ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਨਵੇਂ ਮੁੰਡਿਆਂ ਲਈ ਇੱਕ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਜਿੰਮ ਤਿਆਰ ਕੀਤਾ ਜਾ ਰਿਹਾ ਜੀ, ਤਾਂ ਜਿੰਨੇ ਨਵੇਂ ਉਮਰ ਦੇ ਬੱਚੇ ਆ ਸਾਡੇ ਜੀ, ਸਭ ਨਾਲ ਕਬੱਡੀ ਦੇ ਨਾਲ ਖੇਡਾਂ ਦੇ ਨਾਲ ਜੁੜਨ, ਬਹੁਤ ਬਹੁਤ ਧੰਨਵਾਦ ਜੀ। ਗੁਰਜੀਤ ਬਾਈ ਜੀ ਕਿਨਵਾਂ ਕਰਾ ਰਹੇ ਹੋਏ, ਕਿਨਵੇਂ? ਸੱਤਵਾਂ ਜੀ, ਸੱਤਵਾਂ ਕਬੱਡੀ ਕੱਪ ਹੋ ਰਿਹਾ ਜੀ ਨੀਟੂ ਜੀ ਇਸ ਵਾਰ, ਸੱਤਵਾਂ ਜੀ ਜੀ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਸਰਦਾਰ ਸਾਹਿਬ ਖੜੇ ਨੇ, ਸਰਦਾਰ ਬਹਾਦਰ ਸਰਦਾਰ ਜਸਕਰਨ ਸਿੰਘ ਚਹਿਲ ਸਾਹਿਬ ਜੀ, ਤੁਹਾਨੂੰ ਮੁਬਾਰਕਾਂ ਨੇ, ਅੱਜ ਤੁਸੀਂ ਵੀ ਦੁੱਖ ਸ਼ਬਦ ਜੀ ਸਾਂਝੇ ਕਰ ਦਿੱਤੇ। ਪਹਿਲਾਂ ਤਾਂ ਮੈਂ ਇਹੀ ਗੱਲ ਕਰਨਾ ਚਾਹੁੰਦਾ ਜੀ ਵੀ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ, ਖੇਡਾਂ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਜੀ ਉਹਨਾਂ ਨੂੰ। ਅਸੀਂ ਇਹਦੇ ਰੱਖਦੇ ਹੋਏ ਅਸੀਂ ਜਿੰਮ ਬਣਾਇਆ ਜੀ ਬੱਚਿਆਂ ਖਾਤਰ, ਚੱਲ ਸ਼ਹਿਰ ਦੇ ਵਿੱਚ ਜਿੰਮ ਦੀਆਂ ਫੀਸਾਂ ਬਹੁਤ ਨੇ, 1,000 ਤੋਂ ਲੈ ਕੇ 1,500 ਤੱਕ ਫੀਸ ਆ ਜੀ ਜਿੰਮ ਦੀ। ਇਹ ਇੱਥੇ ਆ ਕੇ ਬੱਚੇ ਫ੍ਰੀ ਦੇ ਵਿੱਚ ਆਪਣੀ ਪ੍ਰੈਕਟਿਸ ਕਰਨਗੇ, ਉਹਨਾਂ ਨੂੰ ਅਸੀਂ ਗਾਈਡ ਵੀ ਕਰਾਂਗੇ, ਅਸੀਂ ਵੀ ਸਪੋਰਟਸ ਨਾਲ ਜੁੜੇ ਹੋਏ ਹਾਂ ਜੀ ਸ਼ੁਰੂ ਤੋਂ ਹੀ, ਚੱਲ ਇੱਥੇ ਬੱਚੇ ਆਪਣੇ ਪ੍ਰੈਕਟਿਸ ਕਰਨਗੇ, ਸਰੀਰ ਵਧੀਆ ਬਣਾਉਣਗੇ। ਕਬੱਡੀ ਕੱਪ ਤੋਂ ਇਲਾਵਾ ਤੁਸੀਂ ਹੋਰ ਆਪਣੇ ਕਲੱਬ ਰਾਹੀਂ ਕੀ ਤੁਸੀਂ ਸਮਾਗਮ ਕਰਾਉਂਦੇ ਹੋ? ਅੱਜ ਤਾਂ ਜੀ ਦੇਖ ਲਓ ਜਿਵੇਂ ਸਿਆਲਾਂ ਦੇ ਵਿੱਚ ਬੱਚਿਆਂ ਨੂੰ ਕਿਸੇ ਕੱਪੜੇ ਲੈ ਤੇ ਕੁਛ ਹੋਰ ਇੱਕਣਾ ਸੀ ਕਰੀ ਜਾਂਦੇ, ਚਲੋ ਦੱਸਣਾ ਹਾਂਜੀ ਬੱਚਿਆਂ ਨੂੰ ਹੋ ਗਏ ਜੀ। ਦਿੱਲੀ ਕਿਸਾਨ ਧਰਨੇ 'ਤੇ ਜੀ ਅਸੀਂ 1 ਸਾਲ ਲੰਗਰ ਚੱਲੇ ਜੀ ਆਪਣੇ ਪਿੰਡ ਦਾ, ਅਸੀਂ ਪੂਰੇ ਉੱਥੇ ਮੂਹਰੇ ਹੋ ਕੇ ਚੱਲੇ ਜੀ, ਪੂਰੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ, ਹਾਂਜੀ ਕਲੱਬ ਵੱਲੋਂ ਪੂਰੀ ਸਾਨੂੰ ਸਹਿਯੋਗ ਰਿਹਾ ਜੀ ਸਾਡਾ। 55,000 ਰੁਪਈਆ ਅਸੀਂ ਕਲੱਬ ਦੇ ਖਾਤੇ 'ਚ ਦਿੱਤਾ ਜੀ ਦਿੱਲੀ ਧਰਨੇ ਲਈ, ਹਾਂਜੀ ਆਪਣੇ ਲੰਗਰ ਨੂੰ। ਜਿਵੇਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਪਿੰਡ ਲਲਹੇੜੀ ਤੋਂ ਔਰ ਖੂਬਸੂਰਤ ਪਰਸਨੈਲਿਟੀਆਂ ਸੱਚੇ ਸੁੱਚੇ ਮਿਹਨਤੀ ਬੰਦਿਆਂ ਦਾ ਬਹੁਤ ਯੋਗਦਾਨ ਰਿਹਾ, ਇਸੇ ਤਰ੍ਹਾਂ ਹੀ ਕਹਿੰਦੇ ਵੱਖ ਵੱਖ ਅਸੀਂ ਸਮਾਗਮ ਕਰਾਉਂਦੇ ਹਾਂ ਔਰ ਲੋੜਵੰਦ ਨੂੰ ਜਿਵੇਂ ਕਿ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਬੂਟ ਸਵੈਟਰਾਂ ਸਾਰਾ ਕੁਝ ਦਿੱਤਾ ਜਾਂਦਾ, ਹੋਰ ਕੱਪੜੇ ਬੰਦੇ ਕਿਹੜੇ ਨੇ ਜੀ ਲਾਈਵ ਮੈਂ ਕਹਿੰਦਾ ਜੀ ਇੱਧਰਲੇ ਪਾਸੇ ਬਜ਼ੁਰਗੋ ਤੁਸੀਂ ਇਸੇ ਪਿੰਡ ਤੋਂ ਜੀ, ਹਾਂਜੀ ਧੰਨਵਾਦ ਕਰ ਦਿਓ ਜਿੰਨੀ ਸੰਗਤ ਪਹੁੰਚੀ ਹੈ ਜੀ ਇੱਧਰਲੇ ਪਾਸੇ, ਕੈਮਰਾ ਪਰਸਨ ਨੂੰ ਕਵਾਂਗਾ ਮੈਂ ਕਹਿੰਦਾ ਇੱਧਰ ਦਿਖਾ ਦਿਓ ਆਪਾਂ ਫਿਰ ਉੱਧਰ ਦਿਖਾ ਦਿੰਦੇ, ਠੀਕ ਹੈ ਜੀ ਠੀਕ ਹੈ ਜੀ, ਕਿਉਂਕਿ ਕੈਮਰਾ ਫੇਸ ਕਰਨਾ ਹਰ ਇੱਕ ਬੰਦਾ, ਠੀਕ ਹੈ ਜੀ।
ਧੰਨਵਾਦ ਬਾਈ, ਜਿਹੜੇ ਦਰਸ਼ਕ ਆਏ ਨੇ ਦੇਖੋ ਸਾਰਿਆਂ ਦਾ ਧੰਨਵਾਦ। ਸ਼ੁਭ ਨਾਮ ਕੀ ਹੈ? ਨਾਮ ਮਹਾਨ ਸਿੰਘ ਹੈ ਮੇਰਾ, ਲੱਖੇ ਪ੍ਰਧਾਨ ਦਾ ਚਾਚਾ ਮੈਂ। ਪ੍ਰਧਾਨ ਸਾਹਿਬ ਦੇ ਚਾਚਾ ਜੀ, ਸਾਡੇ ਵੀ ਚਾਚਾ ਜੀ ਹੋ ਤੁਸੀਂ, ਇਧਰਲੇ ਪਾਸੇ ਖੜੇ ਨੇ ਬਾਈ ਜੀ। ਤੁਸੀਂ ਪਟਿਆਲੇ ਤੋਂ ਜੀ, ਕੀ ਨਾਮ ਹੈ ਜੀ? ਹਾਂਜੀ, ਹਾਕਮ ਸਿੰਘ ਜੀ, ਲਾਈਵ ਚੱਲ ਰਿਹਾ ਪੀਬੀ ਛੱਬੀ ਨਿਊਜ਼ ਤੇ, ਕਿੱਦਾਂ ਦਾ ਲੱਗ ਰਿਹਾ ਤੁਸੀਂ? ਬਹੁਤ ਵਧੀਆ ਲੱਗ ਰਿਹਾ ਇਹ ਦੇਖ ਕੇ ਸਾਨੂੰ। ਮੈਂ ਲੱਖੇ ਬਾਈ ਦਾ ਜੀਜਾ ਜੀ। ਇਧਰਲੇ ਪਾਸੇ ਦਿਖਾਇਆ ਜਾਵੇ, ਅੱਗੇ ਹੋ ਕੇ ਦਿਖਾਓ ਜੀ। ਇਹ ਮੈਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਲਲਹੇੜੀ ਵਿਖੇ ਪਹੁੰਚੇ ਹਾਂ, ਜਿਹੜਾ ਕਿ ਫੇਸਬੁੱਕ ਪੇਜ ਪੀਬੀ ਛੱਬੀ ਨਿਊਜ਼ ਤੋਂ ਮੈਂ ਲਾਈਵ ਤਸਵੀਰਾਂ ਦਿਖਾ ਰਿਹਾ, ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਔਰ ਮੈਂ ਕਹਾਂਗਾ ਵੀ ਥੋੜ੍ਹਾ ਜਿਹਾ, ਸੋ ਅੱਗੇ ਅੱਗੇ ਹੋ ਕੇ ਮੈਂ ਕਹਿੰਦਾ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ। ਔਰ ਹੋਰ ਵੀ ਇੱਥੇ ਮੀਡੀਆ ਪਹੁੰਚਿਆ ਹੈ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਲਾਈਵ। ਔਰ ਸਾਡੇ ਸਾਥੀ ਭਰਾ ਨੇ, ਨਿਊਜ਼ ਤੋਂ ਮੈਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਪਿੰਡ ਲਲਹੇੜੀ ਦੇ ਲੱਖਾ ਬਾਈ ਜੀ, ਪ੍ਰਧਾਨ ਸਾਹਿਬ ਹੋਣੀ ਸਾਰਿਆਂ ਨੇ, ਜਿਹਦੇ ਅਵਤਾਰ ਜੀ ਧਿਆਨ ਦਿਓ, ਜਿਹਦੇ ਮੋਹ ਨਹੀਂ ਲੱਗੀ ਹੋਈ ਉਹ ਖੇਡੇ ਨਹੀਂ ਮਿਲਣਾ, ਚਾਹੇ ਉਹ ਆਉਂਦਾ ਚਾਹੇ ਨਹੀਂ ਆਉਂਦਾ। ਆਪਣੇ ਵੀ ਸਾਰੇ ਜੇਤੂ ਟੀਮਾਂ ਨੂੰ ਜਿਹਦੇ ਮੋਹ ਨਹੀਂ ਲੱਗੀ ਹੋਈ ਇਹਨਾਂ ਸ਼ਹੀਦਾਂ ਦੇ ਨਾਲ ਸਨਮਾਨ ਕੀਤਾ ਜਾਣਾ। ਇਹ ਪ੍ਰਾਪਤੀ ਜਿੰਨੇ ਵੀ, ਬਸ ਠੀਕ ਹੈ ਜੀ, ਧੰਨਵਾਦ। ਇਧਰਲੇ ਪਾਸੇ ਵੀ ਬੈਠੇ ਨੇ ਸਾਰੇ ਬਾਈ ਜੀ, ਵੈਲਕਮ ਜੀ। ਪੀਬੀ ਛੱਬੀ ਨਿਊਜ਼ ਲਾਈਵ ਚੱਲ ਰਿਹਾ ਜੀ ਲਾਈਵ। ਮੈਂ ਤੁਸੀਂ ਅੱਜ ਦੇ ਸਮਾਗਮ ਬਾਰੇ ਨੀ, ਇੱਕ ਦੋ ਦਿਨਾਂ ਤੋਂ ਕਰ, ਕੱਲ ਫਾਈਨਲ ਹੈ ਜੀ? ਕੱਲ ਫਾਈਨਲ ਹੈ ਜੀ। ਹਾਂਜੀ, ਕੀ ਕਹਿਣਾ? 70 ਕਿਲੋ ਤੇ 1 ਪਿੰਡ ਓਪਨ ਦੇ ਮੈਚ ਹੋਣਗੇ ਕੱਲ। ਅੱਛਾ ਜੀ, ਯੂਥ ਵਾਲਿਆਂ ਦਾ ਵਧੀਆ ਉਪਰਾਲਾ ਸਾਡੇ ਨਵੇਂ ਮੁੰਡਿਆਂ ਦਾ, ਜੋ ਇਹ ਕਰ ਰਹੇ ਪਿੰਡ ਲਲਹੇੜੀ। ਹਾਂਜੀ, ਪ੍ਰੋਪਰ ਨਾਮ ਵੀ ਸ਼ੇਅਰ ਕਰ ਦਿਓ। ਕਿਰਨ ਸਿੰਘ ਮਾਸਟਰ, ਪਿੰਡ ਲੌੜ, ਤੇ ਕਬੱਡੀ ਦੇ ਪੁਰਾਣੇ ਪਲੇਅਰ ਰਹੇ ਹਾਂ ਅਸੀਂ ਵੀ। ਲਾਸਟ ਜਿਹੜਾ ਆਪਣਾ ਕਬੱਡੀ ਕੱਪ ਦਾ ਜਿਹੜਾ ਹਾਂਜੀ, ਸਾਡੇ ਬਹੁਤ ਹੀ ਪਿਆਰੇ ਸਾਡੇ ਚਾਚਾ ਜੀ ਪਰਮਿੰਦਰ ਸਿੰਘ ਯੂ ਐਸ ਏ ਤੋਂ, ਉਹਨਾਂ ਦੀ ਕੱਲ ਡੈਥ ਹੋ ਗਈ ਆ। ਸਾਨੂੰ ਬੜਾ ਦੁੱਖ ਆ ਉਹਨਾਂ ਦੀ ਮੌਤ ਤੇ, ਇਸ ਕਰਕੇ ਸਾਨੂੰ ਥੋੜਾ ਜਿਹਾ ਉਹ ਕਰਨਾ ਪਿਆ, ਤੇ ਬਾਕੀ ਹੈਪੀ ਹੈਪੀ। ਜਿਵੇਂ ਕਿ ਬਹੁਤ ਉਹਨਾਂ ਦਾ ਵੀ ਯੋਗਦਾਨ ਬਹੁਤ ਰਿਹਾ, ਕਿਉਂਕਿ ਅਸੀਂ ਇੱਥੇ ਵੇਖਣ ਵੀ ਆਉਂਦੇ ਰਹੇ ਹਾਂ ਆਪਣਾ ਖੰਨੇ ਤੋਂ ਪਿੰਡ ਲਹਿੜੀ ਦੇ ਵਿੱਚ, ਉਹ ਉਹਨਾਂ ਦੀ ਡੈਥ ਹੋ ਗਿਆ ਉਹਦੇ ਕਰਕੇ ਇਹਨਾਂ ਨੇ ਆਪਣਾ ਜਿਹੜਾ ਗਾਉਣ ਪਾਣੀ ਦਾ ਜਿਹੜਾ ਲਾਸਟ ਸਮਾਗਮ ਤੇ ਇਹਨਾਂ ਨੇ ਨਹੀਂ ਰੱਖਿਆ ਹੈਗਾ। ਕਬੱਡੀ ਟੀਮਾਂ ਵੱਖ ਵੱਖ ਪਹੁੰਚੀਆਂ ਨੇ, ਇੱਧਰਲੇ ਪਾਸੇ ਸਾਡੇ ਨਾਲ ਸਤਿਕਾਰਯੋਗ ਨੇ। ਹਾਂਜੀ ਬਾਈ ਜੀ, ਤੁਸੀਂ ਅੱਜ ਦੇ ਮੌਕੇ ਬਾਰੇ, ਤੁਸੀਂ ਇਸੇ ਪਿੰਡ ਤੋਂ ਜੀ? ਟੂਰਨਾਮੈਂਟ ਕਰਵਾਉਂਦੇ ਹਾਂ,
ਤੇ ਟੂਰਨਾਮੈਂਟ ਅਸੀਂ ਤਾਂ ਕਰਵਾਉਂਦੇ ਹਾਂ ਵੀ ਚਲੋ ਸਾਡੀ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਭਾਜੀ ਇਹ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਗ੍ਰਿਫਤ ਹੋ ਰਹੀ ਹੈ, ਡੁੱਬ ਰਹੀ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਗਰਾਊਂਡ ਜੇ ਸਾਰੀ ਇੱਕ ਪਲੇਅਰ ਨੂੰ ਵੀ ਜਨਮ ਦੇ ਦਿੰਦੀ ਹੈ ਤਾਂ ਸਾਡਾ ਇਹ ਟੂਰਨਾਮੈਂਟ ਸਫਲ ਹੈ, ਸਾਡਾ ਇੱਕ ਸਾਲ ਦਾ ਉਪਰਾਲਾ ਕੀਤਾ ਹੋਇਆ ਸਫਲ ਹੈ ਜੀ। ਅਸੀਂ ਇਹ ਚਾਹੁੰਦੇ ਹਾਂ ਵੀ ਪਿੰਡੋ ਪਿੰਡੀ ਇੱਦਾਂ ਟੂਰਨਾਮੈਂਟ ਹੋਣ, ਜਿੱਥੇ ਟੂਰਨਾਮੈਂਟ ਹੁੰਦੇ ਨੇ ਇਲਾਕਾ ਨਿਵਾਸੀਆਂ ਨੂੰ ਹੋਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਉੱਥੋਂ ਵੱਧ ਚੜ੍ਹ ਕੇ ਹਿੱਸਾ ਲੈਣ, ਜਿੰਨੇ ਯੋਗੇ ਹੈਗੇ ਉਹਨਾਂ ਦੀ ਇਮਦਾਦ ਕਰਨ ਤਾਂ ਕਿ ਇਦੋਂ ਵਧੀਆ ਟੂਰਨਾਮੈਂਟ ਹੋ ਸਕਣ। ਅਸੀਂ ਗਾਹ ਤੇ ਇਹੀ ਉਮੀਦ ਕਰਦੇ ਹਾਂ ਭਾਜੀ ਵੀ ਜਿਹੜਾ ਸਾਡਾ ਅਗਲਾ ਟੂਰਨਾਮੈਂਟ ਹੈ ਉਹ ਹੋਰ ਵੀ ਅਸੀਂ ਵੱਡਾ ਕਰਵਾ ਸਕਦੇ। ਟੀਮਾਂ ਤਕਰੀਬਨ ਭਾਜੀ ਆਲ ਓਵਰ ਪੰਜਾਬ ਕਹਿ ਸਕਦੇ ਹਾਂ ਆਪਾਂ, ਉਮੀਦ ਹੈ ਸਾਡਾ ਟੂਰਨਾਮੈਂਟ ਵਧੀਆ ਹੋਏਗਾ। ਲੇਕਿਨ ਸਾਨੂੰ ਥੋੜ੍ਹੀ ਜਿਹੀ ਵਾਧਾ ਪਈ ਹੈ, ਸਾਡਾ ਇੱਕ ਛੋਟਾ ਵੀਰ ਸਾਤੋਂ ਵਿਛੜ ਗਿਆ ਕੱਲ੍ਹ, NRI ਭਰਾ ਸੀ ਸਾਡਾ ਵਧੀਆ ਸਾਡਾ ਸਹਿਯੋਗੀ ਸੀ, ਉਹਦੇ ਸਹਿਯੋਗ ਨਾਲ ਅਸੀਂ ਟੂਰਨਾਮੈਂਟ ਜਿਹੜੀ ਕਾਫੀ ਵਧੀਆ ਹੱਦ ਤੱਕ ਕਰਵਾ ਸਕਦੇ ਸੀਗੇ। ਲੇਕਿਨ ਸਾਨੂੰ ਕੱਲ੍ਹ ਉਹਦਾ ਘਾਟਾ ਪੈ ਗਿਆ, ਘਾਟਾ ਮਹਿਸੂਸ ਕਰ ਰਹੇ ਹਾਂ। ਦੋ ਦਿਨ ਅਸੀਂ ਆਪਣੇ ਥੋੜ੍ਹੇ ਜਿਹੇ ਪ੍ਰੋਗਰਾਮ ਰੋਕ ਕੇ ਵੀ ਨੇ, ਫੰਕਸ਼ਨ 'ਚ ਵੀ ਥੋੜ੍ਹੀ ਜਿਹੀ ਕਟੌਤੀ ਕਰੀ ਹੈ, ਬਾਕੀ ਵਾਹਿਗੁਰੂ ਨੂੰ ਕਿਰਪਾ ਉਹਦੇ ਚਰਨਾਂ 'ਚ ਵਾਹਿਗੁਰੂ ਅਸੀਂ ਇਹੀ ਕਹਿਣਾ ਚਾਹੁੰਦੇ। ਬਹੁਤ ਵਧੀਆ ਸਾਹਿਬ ਬਹਾਦਰ ਜੀ ਨੇ, ਇਹਨਾਂ ਦਾ ਜੱਦੀ ਪਿੰਡ ਆ, ਇਹਨਾਂ ਨੇ ਸਾਰੀ ਸਟੇਟਮੈਂਟ TV 26 ਨੂੰ ਦਿੱਤੀ ਹੈ। ਸਿੰਦਰ ਲਪਾਈ ਦਿਖਾਇਆ ਜਾਵੇ ਇੱਧਰ ਬਾਈ ਜੀ ਬੈਠੇ ਨੇ ਬਾਈ ਜੀ, ਤੁਹਾਡਾ ਵੈਲਕਮ ਹੈ ਜੀ TV 26 ਨਿਊਜ਼ ਵੱਲੋਂ। ਚੰਦਗੜ੍ਹ ਸ਼ਬਦ ਤੁਸੀਂ ਵੀ ਅੱਜ ਦੇ ਸਮਾਗਮ ਬਾਰੇ ਔਰ ਵੱਖ ਵੱਖ ਟੀਮਾਂ ਪਹੁੰਚੀਆਂ ਨੇ, ਵੱਖ ਵੱਖ ਸੰਗਤਾਂ ਪਹੁੰਚੀਆਂ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ? ਸਾਡੇ ਪਿੰਡਾਂ 'ਚ 28 ਤਰੀਕ ਨੂੰ ਪਹਿਲਾ ਦਿਨ ਹੈ ਜੀ ਕਬੱਡੀ ਦਾ, ਇਹਦੇ ਅੱਜ ਕਬੱਡੀ ਦੇ ਬਾਜੀ ਮੁਕਾਬਲੇ 42-47 ਅਤੇ 62 ਕਿਲੋ ਜੀ, ਅਤੇ ਨਾਲ ਇਹਦੇ ਵਾਲੀਬਾਲ ਦੇ ਮੁਕਾਬਲੇ ਚੱਲ ਰਹੇ ਨੇ, ਤਾਸ ਸੀਪ ਦੇ ਮੁਕਾਬਲੇ ਚੱਲ ਰਹੇ ਨੇ। ਬਹੁਤ ਵਧੀਆ ਜੀ, ਸਾਰੇ ਪਿੰਡ ਦੇ ਸਹਿਯੋਗ ਨਾਲ, ਆਲੇ ਦੁਆਲੇ ਨਗਰਾਂ ਦੇ ਸਹਿਯੋਗ ਨਾਲ, NRI ਵੀਰਾਂ ਦੇ ਸਹਿਯੋਗ ਨਾਲ ਕੰਮ ਚੱਲ ਰਿਹਾ ਜੀ। ਕੱਲ੍ਹ ਨੂੰ ਕਰਾਵਾਂਗੇ ਬਜਨੀ 70 ਕਿਲੋ ਕਬੱਡੀ, 1 ਪਿੰਡ ਓਪਨ, 3 ਖਿਡਾਰੀ ਬਾਹਰਲੇ ਜੀ, ਕਲਾਕਾਰ ਲਗਾ ਰਹੇ ਜੀ, ਕੋਈ ਕੰਮ ਸੀਗਾ ਪਰ ਕਲਾਕਾਰ ਲਗਾਉਣ ਨਾਲ ਉਹਦਾ ਪਲੇਅਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ, ਠੀਕ ਹੈ। ਬਾਕੀ ਸਾਡੇ ਚਾਚਾ ਜੀ ਸੀਗੇ, ਡੈਥ ਹੋ ਗਈ ਜੀ ਕੱਲ੍ਹ ਉਹਨਾਂ ਦੀ, ਬਹੁਤ ਹਰਮਨ ਪਿਆਰੇ ਸੀਗੇ ਜੀ, ਬਹੁਤ ਜ਼ਿਆਦਾ ਸਹਿਯੋਗ ਸੀਗਾ ਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਲੱਖਾ ਬਾਈ ਤੁਹਾਨੂੰ, ਬਹੁਤ ਬਹੁਤ ਇਹ ਪ੍ਰੋਗਰਾਮ ਦੀਆਂ ਜਿਹੜਾ ਤੁਸੀਂ ਚੰਗੇ ਪਾਸੇ ਮੁੰਡਿਆਂ ਨੂੰ ਜੋੜਦੇ ਹੋ, ਤੁਹਾਡੀ ਸਾਰੀ ਨਗਰ ਪੰਚਾਇਤ ਹੈ ਸਾਰੇ ਪਿੰਡ ਲਰਹੇੜੀ ਵਿੱਚ ਹਰ ਸਾਲ ਦੀ ਤਰ੍ਹਾਂ ਕਬੱਡੀ ਕੱਪ ਕਰਵਾਇਆ ਜਾਂਦਾ, ਵੱਖ ਵੱਖ ਪ੍ਰੋਗਰਾਮ ਕਰਵਾਏ ਜਾਂਦੇ ਨੇ, ਔਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਮੈਨੂੰ ਦਿਓ ਯਾਦ ਸਰਬਜੀਤ ਸਿੰਘ ਜੀ ਨੂੰ ਧੰਨਵਾਦ, ਸਤਿ ਸ਼੍ਰੀ ਅਕਾਲ।